ਅੱਜ ਤੈਨੂੰ ਪਹਿਲੀ ਉਲਟੀ ਆਈ ਹੈ। ਪਹਿਲੀ ਉਲਟੀ ਜੀ? ਪਹਿਲੀ ਉਲਟੀ ਤਾਂ ਡਬਾਈ ਸੀ। ਅਰੇ ਨੂੰ ਪਹਿਲੀ ਉਲਟੀ ਆਈ ਹੈ ਭਾਈ ਨੂੰ ਜੀ। ਭਾਈ ਦਾ ਪਤਾ ਹੋਣ ਵਾਲਾ ਹੈ। ਹਾਂ ਜੀ। ਓਏ ਹੁਣੇ ਥੰਮਦੇ ਆਈ ਅੱਜੇ ਭਾਈਆਂ ਤਾਂ ਅਰਪੱਤੇ ਆਉਂਦੇ ਨੇ ਤੇ ਬੁੱਧੀਆਂ ਕੋਤ ਨਹੀਂ ਹੁੰਦੇ ਹੋਣਗੇ। ਬੁੱਢੀ ਬੁੱਢੀ ਸਹੀ ਹੈ ਬੁੱਢੀ ਹੋਰ ਤੁਸੀਂ ਲੱਗ ਰਹੇ ਹੈ ਕਿਹਦੀ ਹੋ। ਇਹਨਾਂ ਦੇ ਯਾਰ ਲਫ਼ਜ਼ ਠੀਕ ਕਰਾਓ। ਭਾਈ ਸਹੀ ਕਰਾ ਤਾਂ ਇੰਜੀ ਹੋਏ ਭਾਈ। ਨਹੀਂ ਜੀ ਮੈਂ ਗਲਤ ਨਹੀਂ ਸੋਚਿਆ। ਤੂੰ ਉਹ ਕਹਿ ਰਹੀ ਹੈ ਨਹੀਂ ਜੀ ਗੱਲ ਐਨੀ ਦੀ ਹੁੰਦੀ ਹੈ। ਏ ਡਾਕਟਰ ਨਹੀਂ ਗੱਲ ਸੁਣੋ। ਅੜ ਜਾਣੇ ਕੌਣ ਨੇ ਕੌਣ ਵਾਲਾ? ਨਹੀਂ ਹਜੇ ਤੇ ਸ਼ੁਰੂਆਤ ਹੋਈ ਹੈ। ਹਜੇ ਨਾ ਦਿਲ ਕੱਚਾ ਪੱਕਾ ਹੋਣ ਡਿਆ ਹੈ। ਕਾਚੀ ਖਾਣ ਨੂੰ ਦਿਲ ਕਰਦਾ ਹੈ, ਖੱਟਾ ਖਾਣ ਨੂੰ ਦਿਲ ਪਿਆ ਕਰਦਾ ਹੈ। ਮਤਲਬ ਤਾਰੇ ਤਾਂ ਤੁਰੀ ਹੋਏਗੀ ਹੈਂ? ਖੱਟਾ ਖਾਣ ਨੂੰ ਦਿਲ ਤੇਰੇ ਨੇ ਤਾਂ ਤੁਰੀ ਹੁੰਦੀ ਹੈ। ਅੱਛਾ ਤੁਰੀ ਕਿਹੜੀ ਥੋਮ ਦੀ ਕਿਹੜੀ ਤੁਰੀ? ਨਹੀਂ ਨਹੀਂ ਮੈਂ ਕਹਿੰਦਾ ਡਾਕਟਰ ਸਾਹਿਬ ਇਹ ਖੁਸਰੇ ਨੂੰ ਨਾ ਉਬਰ ਤੇ ਪਾ ਕੇ ਨਹਿਰ ਤੇ ਚੜਾ ਦਿਓ। ਉਹਦਾ ਖਿਆਲ ਹੈ ਕਿ ਜਿਵੇਂ ਮੈਂ ਕਦੀ ਅੱਛਾ ਇਹੋ ਜਿਹੇ ਖੁਸਰੇ ਨੂੰ ਸਾਰੀ ਤੇਰੀ ਗਾਹਕ ਨਾ ਲੱਭੇ ਫਿਰ ਰਾਤ ਨੂੰ ਸ਼ੀਸ਼ੇ ਅੱਗੇ ਖਲੋ ਕੇ ਆਪਣੇ ਆਪ ਨੂੰ ਐਂ ਕਰਕੇ ਸੋਚ ਲਓ। ਮੁਬਾਰਕ ਹੋਵੇ। ਨਾਨਾ ਬਣ ਗਿਆ ਬਾਬੇ ਫੜ ਤੁਹਾਡੀ ਭੈਣ ਕਿਹੜੇ ਖਾਨਦਾਨ ਦਾ ਤਲਕ ਖਾ ਲਿਆ ਤੁਹਾਡੇ ਖਾਨਦਾਨ ਨੇ ਕੇਕ ਖਵਾਉਂਦੇ ਨੇ ਅਸੀਂ ਖਾ ਲਿਆ ਬੱਚੇ। ਰਾਮ ਕਰ ਅਸੀਂ ਲੰਮੀ ਚੀਜ਼ ਖਵਾਉਂਦੇ ਹਾਂ ਕਿਸ਼ਤੀ ਕੇਕ ਬੜੀ ਦਰਦ ਹੋ ਰਹੀ ਹੈ ਤੇ ਮੈਨੂੰ ਕੋਈ ਸਿਰ ਚ ਦਰਦ ਪਿੱਛਾ ਤੇਲ ਵਾਲਾ ਜੇ ਬੰਦਾ ਮਰ ਜਾਂਦਾ ਹੁੰਦਾ ਦਰਦ ਖਤਮ ਹੋ ਜਾਏਗਾ। ਮੈਨੂੰ ਦੋ ਪੈਨਾਡੋਲ ਦੀਆਂ ਗੋਲੀਆਂ ਦਿਓ ਮੈਂ ਠੀਕ ਹੋ ਜਾਏਗਾ। ਪੈਨਾਡੋਲ ਨਾਲ ਤੂੰ ਨਹੀਂ ਠੀਕ ਹੋਣਾ ਸਗੋਂ ਬਿਮਾਰ ਹੋ ਜਾਏਗਾ। ਕਹਿਣਾ ਕਰਾ ਮੇਰਾ ਬੈਲ ਮੇਰਾ ਬੈਲ
छोटा जहा मसला हो गया की होया बंदा मर गया बंदा मर गया जी जी ते कोई टेंशन वाली गल नहीं ਬੰਦਾ ਮਰ ਗਿਆ ਨਾ ਅੱਗੇ ਅਸੀਂ ਇਹਨਾਂ ਕੋਲੋਂ 1.25 ਲੱਖ ਬਿੱਲ ਲੈਣਾ ਸੀ ਬਿਲਕੁਲ ਹੁਣ 3.5 ਲੱਖ ਰੁਪਏ ਅਸੀਂ ਬਿੱਲ ਲੈ ਕੇ ਫਿਰ ਲਾਸ਼ ਦੇਵਾਂਗੇ ਗੁੱਡ ਲਾਸ਼ ਅੰਦਰ ਲੈ ਕੇ ਚਲੋ ਚਲੋ ਲਾ ਕੇ ਅੰਦਰ ਚਲੇ ਹੁਣ ਪਤਾ ਲੱਗੇ ਕੰਜਰਾ ਅਜੇ ਦੁੱਕੇ ਤੇ ਭਾਰੀ ਚੁੱਕ ਲਾਂਗੇ ਜਿਉਂਦਾ ਜ਼ਿੰਦਾ ਪਕੜੋ ਤੂੰ ਵੀ ਪਕੜਾ ਤੂੰ ਕੁਛ ਨਾ ਕੁਛ ਖਾੜ ਚਲੇ ਹਸਪਤਾਲ ਹੈ ਪਾਜੀ